पंजाब दे पंचायत मंत्री कुलदीप सिंह धालीवाल दे वल्लों डेरा बाबा नानक दे सरहदी पिंडां दा दौरा कीता गया। उन्हां दे नाल इस मौके दे उत्ते डीसी गुरदासपुर अते उन्हां दे नाल जिले भर दे प्रशासन दे अधिकारी भी मौजूद रहे। इस मौके ते मंत्री कुलदीप सिंह धालीवाल ने बेमौसमी बरसात दे नाल बर्बाद होईयां फसलां दा जायजा लिया अते इन्हां इलाके दे सरहदी इलाके दे किसानां दे नाल मुलाकात कीती। अते मंत्री पंजाब कुलदीप धालीवाल ने दस्या कि उह इह जानण दे लई इत्थे आए सन कि जो बरसात दे नाल फसल दा नुकसान होया उस दी जमीनी पद्धर ते गिरदावरी दी प्रक्रिया शुरू होई है या नहीं, लेकिन इत्थे किसानां ने दस्या कि उन्हां दे पिंडां दे विच संबंधित पटवारियां अते होरनां अधिकारियां दे वल्लों मौका देख करीब गिरदावरी दा काम मुकम्मल हो चुका है। इस मौके ते मंत्री धालीवाल दा कहना सी कि पंजाब दे मुख्यमंत्री भगवंत मान अते पंजाब सरकार सूबे दे 70% लोक मुख तौर ते किसानी ते निर्भर हन। इस दे लई सरकार पंजाब दी किसानी अते किसान दे लई संजीदा हन। अते उत्थे ही मंत्री ने भी कहा कि उन्हां ने प्रशासन नूं आदेश दित्ते हन कि जल्द इह गिरदावरी दी प्रक्रिया पूरी कीती जावे ਤਾਂ ਜੋ ਮੁੱਖ ਮੰਤਰੀ ਦੇ 14 ਅਪ੍ਰੈਲ ਦਾ ਜੋ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਹੈ ਉਹ ਪੂਰਾ ਹੋ ਸਕੇ ਅਤੇ ਕਿਸਾਨਾਂ ਨੂੰ ਉਹਨਾਂ ਦੇ ਮੁਆਵਜ਼ੇ ਦੀ ਰਾਸ਼ੀ ਜਾਰੀ ਹੋ ਸਕੇ। ਉੱਥੇ ਦੂਸਰੇ ਪਾਸੇ ਡੀਸੀ ਗੁਰਦਾਸਪੁਰ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਜ਼ਿਲ੍ਹੇ ਭਰ ਦੇ ਵਿੱਚ ਗਿਰਦਾਵਰੀ ਦੇ ਲਈ ਤੇਜ਼ੀ ਦੇ ਨਾਲ ਅਤੇ ਸਹੀ ਢੰਗ ਨਾਲ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਉਹ ਖੁਦ ਪਿੰਡਾਂ ਦੇ ਵਿੱਚ ਜਾ ਕੇ ਇਸ ਦਾ ਜਾਇਜ਼ਾ ਲੈ ਰਹੇ ਹਨ ਅਤੇ ਮੌਕੇ 'ਤੇ ਹਰ ਰਿਪੋਰਟ ਤਿਆਰ ਕਰ ਸਰਕਾਰ ਨੂੰ ਭੇਜੀ ਜਾ ਰਹੀ ਹੈ। ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਮੈਂ ਸਭ ਥਾਵਾਂ ਤੇ ਬੋਲ ਕੇ ਆਪਣੇ ਕਿਸਾਨ ਵੀਰਾਂ ਨੂੰ ਕਹਿੰਦਾ ਕਿ ਜੇ ਕੋਈ ਤੁਹਾਡੇ ਕੋਲ ਪਟਵਾਰੀ ਪੈਸੇ ਮੰਗਦਾ ਉਹ ਸਾਨੂੰ ਦੱਸੋ ਤੇ ਤੁਹਾਨੂੰ ਵੀ ਬੇਨਤੀ ਹੈ ਕਿ ਤੁਸੀਂ ਪੈਸੇ ਦੇ ਕੇ ਗਲਤ ਕੰਮ ਨਾ ਕਰੋ। ਜੇ ਤੁਹਾਡੇ 3 ਕਿੱਲੇ ਕਣਕ ਦੇ ਖਿਲਾਫ ਹੈ ਤੇ ਪਟਵਾਰੀ ਨੂੰ ਥੋੜੇ ਬਹੁਤ ਪੈਸੇ ਦੇ ਕੇ 5 ਕਿੱਲੇ ਵੀ ਲਿਖਾਉਣੇ ਆਪਾਂ 3 ਕਿੱਲੇ ਹੀ ਲਿਖਾਉਣੇ। ਜਿੰਨਾ ਤੁਹਾਡਾ ਨੁਕਸਾਨ ਹੋਇਆ ਉਹਦੇ ਨੁਕਸਾਨ ਦੀ ਪੂਰਤੀ ਜਿਹੜੀ ਹੈ ਉਹ ਸਰਕਾਰ ਕਰੂਗੀ। ਸੋ ਮੈਂ ਇਸ ਪਿੰਡ ਦੇ ਵਿੱਚ ਇੱਕ ਵਾਰ ਫਿਰ ਤੁਹਾਡੇ ਰਾਹੀਂ ਤੁਹਾਡੇ ਮੁੱਦਿਆਂ ਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਜੇ ਪਿੰਡ ਦੇ ਕਿਸੇ ਕਿਸਾਨ ਦੀ ਗਰਦਾਵਰੀ ਹੋਣ ਵਾਲੀ ਰਹਿੰਦੀ ਹੈ ਉਹ ਮੌਕੇ ਤੇ ਆਵੇ। ਡੀਸੀ ਸਾਹਿਬ ਕੋਲ ਆਵੇ, ਹੁਣੇ ਐਸਡੀਐਮ ਸਾਹਿਬ ਬੈਠੇ ਆ, ਤਹਿਸੀਲਦਾਰ ਸਾਹਿਬ ਬੈਠੇ ਆ, ਪਟਵਾਰੀ ਹੁਣ ਬੈਠੇ ਆ, ਪਿੰਡ ਦੀ ਪੰਚਾਇਤ ਬੈਠੀ ਆ, ਪਿੰਡ ਦੇ ਬਹੁਤ ਬਹੁਤ ਸੱਜਣ ਬੈਠੇ ਆ। ਜਿਸ ਵੀ ਭਰਾ ਦੀ ਕੋਈ ਗਰਦਾਵਰੀ ਅਜੇ ਤੱਕ ਨਹੀਂ ਹੋਈ ਉਹ ਆਵੇ, ਆ ਕੇ ਹੁਣੇ ਹੀ ਸਾਡੇ ਕੋਲ ਆਜੇ ਉਹਦੀ ਗਰਦਾਵਰੀ ਜਿਹੜੀ ਹੈ ਕਰਕੇ ਸਾਹਮਣੇ ਲੋਕਾਂ ਦੇ ਜਿਹੜੀ ਗਰਦਾਵਰੀ ਕਰਨੀ ਹੈ ਕਿਸੇ ਦੀ ਨਾ ਘੱਟ ਲਿਖਣੀ ਹੈ ਨਾ ਕਿਸੇ ਦੀ ਵੱਧ ਲਿਖਣੀ ਹੈ। ਪਰ ਇਹਨੂੰ ਇਹ ਬੇਨਤੀ ਕੀਤੀ ਕਿ ਜਿੰਨਾ ਕਿਸਾਨ ਦਾ ਨੁਕਸਾਨ ਹੋਇਆ ਓਨਾ ਤੁਸੀਂ ਜ਼ਰੂਰ ਲਿਖਣਾ। ਕਣਕ ਡਿੱਗੀ ਆਪਾਂ ਨੂੰ ਲੱਗਦੀ ਹੈ ਕਿ ਸਿੱਟੇ ਨਾਲ ਨਹੀਂ, ਪਰ ਡਿੱਗੀ ਕਣਕ ਦੇ ਪੱਲੇ ਕੁਛ ਨੀਗਾ, ਥੱਲੇ ਉਹ ਕਾਲੀ ਹੋ ਗਈ ਆ, ਬੜੀ ਬੁਰੀ ਹਾਲਤ ਹੈ ਇਸ ਏਰੀਏ ਦੇ ਵਿੱਚ ਵੀ, ਹੋਰ ਸਾਰੇ ਪੰਜਾਬ ਦੇ ਵਿੱਚ ਵੀ। ਇਸ ਕਰਕੇ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਪੂਰਾ ਸਿੱਟਾ ਜਿਹੜਾ ਉਹਨੂੰ ਤੋੜ ਕੇ ਦੇਖਣਾ, ਕਾਲਾ ਸਿੱਟਾ ਦਾਣੇ ਕਮਜ਼ੋਰ ਹੋ ਗਏ ਜਦੋਂ ਇਹਨੂੰ ਅਜੇ ਆਪਾਂ ਕੱਢਿਆ। ਅੱਜ ਅਸੀਂ ਗੁਰਦਾਸਪੁਰ ਦੇ ਜਿਹੜਾ ਬਾਬਾ ਨਾਨਕ ਦੇ ਬਾਰਡਰ ਦੇ ਉੱਤੇ ਪ੍ਰਧਾਨ ਪਿੰਡ ਦੇ ਵਿੱਚ ਇਸ ਵੇਲੇ ਇੱਧਰ ਦੇ ਪਿੰਡਾਂ ਦੇ ਵਿੱਚ ਜਾ ਰਹੇ, ਮੇਰੇ ਨਾਲ ਡੀ ਸਾਹਿਬ ਨੇ, ਸਾਡੇ ਹਲਕੇ ਦੇ ਜਨਰਲ ਨਵਾ ਸਾਹਿਬ ਨੇ, ਐਸਡੀਐਮ ਸਾਹਿਬ ਨੇ, ਸਾਡੇ ਤਹਿਸੀਲਦਾਰ ਸਾਹਿਬ, ਪਟਵਾਰੀ ਸਾਹਿਬ, ਬੀਡੀਓ ਸਾਹਿਬ, ਡੀਐਸਪੀ ਸਾਹਿਬ, ਸਾਰੇ ਅਫਸਰ ਨੇ। ਜਿੱਥੇ ਜਿੱਥੇ ਨੁਕਸਾਨ ਹੋਇਆ ਅਸੀਂ ਉੱਥੇ ਤੇ ਪਤਾ ਕਰ ਰਹੇ ਹਾਂ ਕਿ ਜਿਹੜੀ ਉਹ ਗਰਦੌਰੀ ਹੈ ਹੋਈ ਕਿ ਨਹੀਂ ਹੋਈ, ਕਿਉਂਕਿ 14 ਤਰੀਕ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਦੇਣਾ ਸ਼ੁਰੂ ਕਰਨਾ। ਸੋ ਇਹੀ ਪਤਾ ਕਰਨ ਆਇਆ ਸੀਗਾ ਔਰ ਬੜੀ ਖੁਸ਼ੀ ਹੋਈ ਕਿ ਇਹਨਾਂ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਸਾਡੀ ਗਰਦੌਰੀ ਜਿਹੜੀ ਹੋ ਗਈ ਹੈ ਔਰ ਹੋਈ ਵੀ ਪਾਰਦਰਸ਼ੀ ਦੇ ਨਾਲ ਹੈ। ਪਿੰਡ ਦੇ ਵਿੱਚ ਆ ਕੇ ਬੈਠ ਕੇ ਪਟਵਾਰੀ ਨੇ ਕਿਲੇ ਕਿਲੇ 'ਤੇ ਜਾ ਕੇ ਜਿਹੜਾ ਉਹ ਗਰਦੌਰੀ ਕੀਤੀ ਹੈ। ਬਸ ਮੇਰੇ ਆਉਣ ਦਾ ਇਹੀ ਮਕਸਦ ਸੀਗਾ ਕਿ ਕੋਈ ਵੀ ਕਿਸਾਨ ਭਰਾ ਸਾਡੇ ਵਾਸਤੇ ਸਭ ਤੋਂ ਪਹਿਲਾਂ ਪੰਜਾਬ ਦੀ ਖੇਤੀ ਨੂੰ ਬਚਾਉਣਾ। 72% ਲੋਕ ਜਿਹੜੇ ਆ ਉਹ ਖੇਤੀਬਾੜੀ 'ਤੇ ਨਿਰਭਰ ਨੇ, ਖੇਤੀਬਾੜੀ ਨੂੰ ਬਚਾਉਣਾ, ਕਿਸਾਨਾਂ ਦੀ ਮਦਦ ਕਰਨਾ ਇਹ ਸਾਡੀ ਸਰਕਾਰ ਦੀ ਜਿਹੜੀ ਸਭ ਤੋਂ ਵੱਡੀ ਪ੍ਰਾਇਓਰਟੀ ਹੈ। ਸੋ ਮੈਂ ਬੜਾ ਖੁਸ਼ ਹਾਂ ਕਿ ਸਾਡੇ ਅਫਸਰ, ਸਾਡੀ ਭੈਣ ਜਿਹੜੀ ਹੈ ਇਹ ਦਿਲਪ੍ਰੀਤ ਜੀ, ਇਹ ਤੁਹਾਡੇ SHO ਵੀ ਬਹੁਤ ਵਧੀਆ, ਸਾਡੀ BDO ਇੱਥੇ ਹੋਣੀ ਹੈ ਕਿਲ ਇੱਥੇ ਸੀਗੀ, ਹਾਂ ਉਹ ਵੀ ਬਹੁਤ ਵਧੀਆ, ਸਾਡਾ ਸਟਾਫ ਇੱਥੇ ਬਹੁਤ ਵਧੀਆ ਸਾਰਾ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਚੰਗਾ ਪ੍ਰਸ਼ਾਸਨ ਜਿਹੜਾ ਤੁਹਾਨੂੰ ਦਿੱਤਾ ਜਾਵੇ, ਕਰਪਸ਼ਨ ਜਿਹੜੀ ਹੈ ਉਹ ਖਤਮ ਕੀਤੀ ਜਾਵੇ।
साडे डीसी साहब क्योंकि साडे हैड बहुत वधिया इस करके सारा काम जिहड़ा बहुत वधिया हो रहा सो मैनूं पूर्ण आस है कि 14 तरीक नूं मान साहब जिहड़े आ मुआवजे दे चैक जिहड़े ओह देने शुरू कर ठीक है अज बहुत ही भागा वाला दिन है देखो काफ़ी समय तो हफ्ता 8 दिन हो गए हैं साढ़े सारे पिंडा दे विच स्पेशल गिरदावरी जो मानयोग मुख्यमंत्री जी ने कहा सीगा दिशा निर्देश दिते सीगे साढ़े सारे अफसर साहिबान जा रहे सीगे बट मैं बहुत धन्यवाद करदा साढ़े मानयोग कैबिनेट मंत्री सरदार कुलदीप सिंह धारीवाल साहब जी का जिन्होंने समा कढ़िया ते साडा जिहड़ा एक कम चलता पिया सारयां नूं हौसला अफजाई भी करन आए ने ते सारा एक जनतक इन्हां ने मीटिंग की है कि जे किसी की कोई गिरदावरी हजे रह गई हैगी तो मौके पर ही असी करवाण लई आए हाँ सारे साढ़े अफसर साहिबान साढ़े नाल है तो असी पूरा आश्वासन देने मंत्री साहब नूं भी कि असी समय सिर जिहड़ी है गिरदावरी का एक टीचा सानूं मिलिया सी पूरा करांगे तो जो वादा किया माननीय मुख्यमंत्री जी ने कि 14 तरीक तो जिहड़ी पेमेंटा पैनिया शुरू हो जाणगियां असी जिला गुरदासपुर के टीचर नूं जोड़ पाएंगे अज असी 3 पिंडा का दौरा कर रहे हैं पर साडा लगातार दौरा जिहड़ा मंत्री साहब का भी मेरा भी साढ़े अफसर साहिबाना का लगातार चलता है।